ਅਪਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ। ਕੇਜਰੀਵਾਲ ਦੀ ਵਿਧਾਇਕਾਂ ਨੂੰ ਸਖ਼ਤ ਚੇਤਾਵਨੀ, ਕੰਮ ਕਰੋ ਨਹੀਂ ਤਾਂ ਮਿਲੇਗੀ ਸਖ਼ਤ ਸਜ਼ਾ। ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ, ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜਾਏਗਾ। ਵੀਡੀਓ ਨੂੰ ਲਾਈਕ, ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ। ਇਸ ਵੇਲੇ ਦੀ ਵੱਡੀ ਖਬਰ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਅੱਜ ਅਰਵਿੰਦ ਕੇਜਰੀਵਾਲ ਨੇ ਆਪਣੇ ਵਿਧਾਇਕਾਂ ਨੂੰ ਸਖ਼ਤ ਚੇਤਾਵਨੀ ਦਿੱਤੀ ਹੈ। ਇਸ ਦੇ ਚੱਲਦਿਆਂ ਸ੍ਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਹੈ ਕਿ ਇਹਨਾਂ ਦਿਨਾਂ ਵਿੱਚ ਇੰਨਾ ਕੰਮ ਕਰਨ ਦਾ ਟਾਈਮ ਹੈ, ਘੱਟ ਤੋਂ ਘੱਟ 24 ਘੰਟਿਆਂ ਦਾ ਹੁੰਦਾ ਹੈ, ਆਪਾਂ ਦਿਨ ਰਾਤ ਕੰਮ ਕਰਨਾ ਪਵੇਗਾ, ਬਹੁਤ ਜ਼ਿਆਦਾ ਮਿਹਨਤ ਕਰਨੀ ਪਵੇਗੀ। ਜੇਕਰ ਤੁਹਾਡੇ ਟਾਰਗੇਟ ਪੂਰੇ ਨਹੀਂ ਹੁੰਦੇ ਤਾਂ ਫਿਰ ਜਨਤਾ ਕਹੇਗੀ ਕਿ ਇਸ ਨੂੰ ਮੰਤਰੀ ਨੂੰ ਬਦਲੋ, ਕਿਸੇ ਹੋਰ ਨੂੰ ਮੰਤਰੀ ਨੂੰ ਅੱਗੇ ਲੈ ਕੇ ਆਵੋ, ਕਿ ਉਸ ਸਮੇਂ ਕੁਝ ਤੁਹਾਨੂੰ ਬੁਰਾ ਲੱਗ ਸਕਦਾ ਹੈ, ਲੇਕਿਨ ਮਜਬੂਰੀ ਹੈ, ਕੰਮ ਕਰਨਾ ਪਵੇਗਾ। ਭਗਵੰਤ ਮਾਨ ਜੋ ਵੀ ਤੁਹਾਨੂੰ ਟਾਰਗੇਟ ਦੇਣਗੇ ਉਹ ਟਾਰਗੇਟ ਤੁਹਾਨੂੰ ਪੂਰੇ ਕਰਨੇ ਪੈਣਗੇ। ਮੈਂ ਪਹਿਲੇ ਦਿਨ ਮਾਨ ਸਾਹਿਬ ਦਾ ਭਾਸ਼ਣ ਸੁਣ ਰਿਹਾ ਸੀ, ਉਹਨਾਂ ਨੇ ਸਾਰੇ ਵਿਧਾਇਕਾਂ ਨੂੰ ਕਿਹਾ ਕਿ ਚੰਡੀਗੜ੍ਹ ਵਿਖੇ ਬਹੁਤ ਸਹੀ ਕਿਹਾ ਸੀ, ਹੁੰਦਾ ਹੈ ਕਿ ਆਪਾਂ ਮੰਤਰੀ ਬਣ ਜਾਂਦੇ ਹਾਂ, ਸਾਰਾ ਕੁਝ ਹੁੰਦਾ ਹੈ, ਚੰਡੀਗੜ੍ਹ ਵਿੱਚ ਬਿਲਕੁਲ ਵੀ ਨਹੀਂ ਬੈਠਣਾ, ਪਾਰਟੀ ਦੀ ਇੱਕ ਕਾਰਜਕਰਤਾ, ਪਾਰਟੀ ਦਾ ਇੱਕ ਇੱਕ ਮੰਤਰੀ ਲਗਾਤਾਰ 24 ਘੰਟੇ ਕੰਮ ਕਰਦਾ ਰਹੇਗਾ, ਲੋਕਾਂ ਦੇ ਵਿੱਚ ਵਿਚਰਦਾ ਰਹੇਗਾ, ਲੋਕਾਂ ਦੀਆਂ ਗਲੀਆਂ ਨਾਲੀਆਂ ਵਿੱਚ ਜਾਵੇਗਾ, ਮੁਹੱਲਿਆਂ ਵਿੱਚ ਜਾਵੇਗਾ, ਲੋਕਾਂ ਦੀਆਂ ਸਮੱਸਿਆਵਾਂ ਸੁਣੇਗਾ। ਬਾਕੀ ਉਹਨਾਂ ਵੱਲੋਂ ਕੀ ਕਿਹਾ ਗਿਆ ਜੀ ਚੈਨਲ 'ਤੇ।